ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦੇ? ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਕਾਫੀ ਦਿਨਾਂ ਬਾਅਦ ਵਲੋਗ ਆ ਰਹੇ ਆ, ਐਕਚੁਅਲੀ ਅੱਜ ਨਹੀਂ, ਰੈਗੂਲਰ ਹੀ ਵਲੋਗ ਨੇ ਜਿਹੜੇ ਸਾਡੇ, ਦੋ ਇੱਕ ਦਿਨ ਛੱਡ ਗਏ ਜਾਂ ਦੋ ਦਿਨ ਜਾਂ ਕਈ ਵਾਰ ਤਿੰਨ ਦਿਨ ਛੱਡ ਕੇ ਵੀ ਆ ਰਹੇ ਨੇ। ਉਹਦਾ ਰੀਜ਼ਨ ਇਹ ਹੈ ਕਿ ਥੋੜ੍ਹੇ ਜਿਹੇ ਬਿਜ਼ੀ ਹੋਏ ਪਏ ਹਾਂ ਲਾਈਫ ਸਟਾਈਲ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹੇ ਜਿਹੇ ਬਿਜ਼ੀ ਹੋਏ ਪਏ ਹਾਂ। ਰਾਤ ਨੀਂਦ ਨਹੀਂ ਪੂਰੀ ਹੁੰਦੀ, ਕੰਮ ਕਰਨਾ ਹੁੰਦਾ, ਜਿਹੜੇ ਵੀਰਾਂ ਭੈਣਾਂ ਦੀਆਂ ਫਾਈਲਾਂ ਬਣਾਉਣੀਆਂ ਹੁੰਦੀਆਂ ਨੇ ਅਤੇ ਰੈਡੀ ਕਰਨਾ ਹੁੰਦਾ ਕੰਮ, ਉਹ ਰਾਤ ਰਾਤ ਇੱਕ ਇੱਕ ਵੱਜ ਜਾਂਦਾ। ਸਵੇਰੇ ਜਲਦੀ ਉੱਠਣਾ ਹੁੰਦਾ ਕਲਾਸਿਸ ਦੇਣ ਲਈ, ਨੀਂਦ ਵੀ ਨਹੀਂ ਪੂਰੀ ਹੋ ਰਹੀ। ਔਰ ਹੁਣ ਚੱਲਿਆ ਜੀ ਪਿੰਡ, ਕਿਉਂਕਿ ਕੱਲ੍ਹ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਆਪਾਂ ਵਿਲੇਜ ਕੈਫੇ ਖੋਲਿਆ, ਔਰ ਥੋੜ੍ਹੀ ਜਾਣਕਾਰੀ ਤੁਹਾਨੂੰ ਦਿੱਤੀ ਸੀ ਪਿਛਲੇ ਵਲੋਗ 'ਚ ਅਤੇ ਪਿਛਲੇ ਵਲੋਗ 'ਚ, ਅਤੇ ਕੱਲ੍ਹ ਉਹਦੀ ਓਪਨਿੰਗ ਹੈ। ਛੋਟੀ ਜਿਹੀ ਓਪਨਿੰਗ ਕਰਾਂਗੇ ਆਪਾਂ, ਸਾਰਾ ਪਰਿਵਾਰ ਆਏਗਾ। ਅੱਜ ਦੀਦੀ ਦਾ ਬਰਥਡੇ ਵੀ ਹੈ, ਮੇਰੇ ਵੱਡੇ ਦੀਦੀ, ਉਹ ਵੀ ਆ ਰਹੇ ਨੇ ਜਲੰਧਰ ਤੋਂ, ਭਾਜੀ ਵੀ ਆ ਰਹੇ ਨੇ ਨਾਲ, ਹੈ ਨਾ। ਅਤੇ ਅਸੀਂ ਵੀ ਇੱਧਰੋਂ ਨਿਕਲ ਰਹੇ ਹਾਂ, ਰਾਜਪੁਰੇ ਤੋਂ ਅੱਗੇ ਪਿੰਡ ਜਾਵਾਂਗੇ, ਅਤੇ ਬਸ ਉੱਥੇ ਹੁਣ ਸਾਰੇ ਇਕੱਠੇ ਹੋਣੇ, ਵੀਰਾ ਵੀਰੇ ਹੋਣੇ, ਬੱਚੇ, ਭਾਬੀ, ਵੀਰਾ, ਦੀਦੀ, ਬਸ ਸਾਰੇ ਇੱਧਰੋਂ ਅਸੀਂ ਵੀ ਹੁਣ ਰਲ ਕੇ ਗਾਹ ਪਾਵਾਂਗੇ। ਕੱਲ੍ਹ ਓਪਨਿੰਗ ਕਰਾਂਗੇ ਛੋਟੀ ਜੀ, ਬਲੈਸਿੰਗਸ ਦਿਓ, ਕੰਮ ਜੋ ਵੀ ਸੋਚ ਕੇ ਕੀਤਾ ਉਹਨਾਂ ਦੇ ਮਨਸੂਬੇ, ਉਹਨਾਂ ਦੀ ਮਨੋਕਾਮਨਾ ਪੂਰੀਆਂ ਹੋਣ ਵੀਰੇ ਭਾਬੀ ਦੀਆਂ। ਅਤੇ ਨਾਲ ਹੀ ਇੱਕ ਹੋਰ ਚੀਜ਼ ਹੈ ਕਿ ਮੈਂ ਹੁਣ ਸ਼ੋਪ ਨਹੀਂ ਦੇਖੀ ਜਦੋਂ ਦੀ ਰੈਡੀ ਹੋਈ ਹੈ, ਸਹੀ ਦੱਸਾਂ ਮੈਂ ਅੱਜ ਦੇਖੂੰਗਾ ਵੀਰੇ ਭਾਬੀ ਨੂੰ। ਮੈਂ ਕਿਹਾ ਵੀ ਨਹੀਂ ਵੀ ਮੈਨੂੰ ਕੋਈ ਫੋਟੋ ਜਾਂ ਵੀਡੀਓ ਭੇਜੋ, ਉਹ ਕਹਿ ਰਹੇ ਸੀ ਵੀਰਾ, ਕਹਿੰਦਾ ਮੈਂ ਵੀਡੀਓ ਕਾਲ ਕਰਦਾ। ਮੈਂ ਕਿਹਾ ਨਾ, ਮੈਨੂੰ ਨਾ ਕਰ, ਜਦੋਂ ਕੰਪਲੀਟ ਐਨ ਬਣ ਜੂਗੀ ਮੈਨੂੰ, ਮੈਂ ਉਦੋਂ ਆਪ ਹੀ ਆ ਕੇ ਦੇਖੂੰਗਾ, ਮੈਨੂੰ ਫੋਟੋ ਵੀਡੀਓ ਨਾ ਦਿਖਾਓ ਕੁਛ ਵੀ। ਅਤੇ ਹੁਣ ਜਾਂਦੇ ਹਾਂ, ਕਿਰਨ ਐਜ਼ ਯੂਜੂਅਲ ਆਪਣਾ ਸਮਾਨ ਭੁੱਲ ਆਏ ਨੇ ਉੱਪਰ, ਅਤੇ ਮੈਂ ਉਹਨਾਂ ਦੀ ਵੇਟ ਕਰ ਰਿਹਾ। ਹਰ ਵਾਰ ਦੀ ਤਰ੍ਹਾਂ ਕਦੇ ਨਾ ਕਦੇ ਕੋਈ ਓਬਵੀਅਸਲੀ ਕੁਛ ਨਾ ਕੁਛ ਰਹਿ ਹੀ ਜਾਂਦਾ ਹੁੰਦਾ, ਅਤੇ ਹੁਣ ਕਿਰਨ ਗਏ ਨੇ ਆਪਣਾ ਸਮਾਨ ਲੈਣ ਉੱਪਰੋਂ, ਅਤੇ ਆ ਰਹੇ ਨੇ, ਬਸ ਬਸ ਲਿਫਟ ਕਰੀ ਹੋਈ ਹੈ, ਆਉਂਦੇ ਨੇ। ਆ ਗਏ ਜੀ, ਆ ਗਏ ਮੈਡਮ, ਆ ਗਏ। ਆਹ ਹਾ 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 ਲਿਆਂਦਾ, ਚਲੋ ਜੀ ਬੈਠੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋ ਗਏ। ਅਸੀਂ ਅੱਜ ਕਾਫੀ ਦਿਨਾਂ ਬਾਅਦ, ਮੈਂ ਬੋਲਤਾ ਸਾਰਾ ਕੁਝ, ਠੀਕ ਹੈ ਜੀ। ਚਲੋ ਜੀ ਹੁਣ ਪਹੁੰਚੀਏ ਪਿੰਡ, ਚਲੀਏ ਜੀ, ਚਲੋ ਲੈ ਲਿਆ ਸਮਾਨ ਸਾਰਾ। ਪਹੁੰਚ ਗਏ ਸੀ ਰਾਜਪੁਰੇ, ਰਾਜਪੁਰੇ ਥੋੜਾ ਜਿਹਾ ਕੰਮ ਸੀ, ਮੈਂ ਥੋੜੇ ਜਿਹੇ ਕੱਪੜੇ ਲੈਣੇ ਸੀ, ਥੋੜੀ ਜਿਹੀ ਜੇਬ ਢਿੱਲੀ ਕਰਨੀ ਸੀ। ਤੁਸੀਂ ਵੀ ਸੋਚਦੇ ਹੋਗੇ ਹਰ ਵਾਰੀ ਜੱਪੀ ਦੇ ਕੋਲ ਕੱਪੜੇ ਲੈ ਲੈਂਦੀ ਆ, ਛਿੱਪੇ ਤੋਂ ਵੀ ਲੈਣੇ ਨੇ, ਹੋਰ ਕੌਣ ਲੈ ਕੇ ਦਊ। ਹਾਂ, ਤੇ ਭਾਬੀ ਦਾ ਤੇ ਦੀਦੀ ਦਾ ਬਰਥਡੇ, ਤੇ ਉਹਨਾਂ ਵਾਸਤੇ ਅਸੀਂ ਕੇਕ ਲਿੱਤਾ, ਤੇ ਹੁਣ ਅਸੀਂ ਘਰ ਨੂੰ ਜਾ ਰਹੇ ਹਾਂ। ਬਸ ਰਾਜਪੁਰਾ ਸ਼ਹਿਰ ਲੰਘਦੇ ਹੋਏ ਰਜਾਉਣੇ ਦੀ ਹਾਲਤ ਬੜੀ ਟਾਇਟ ਹੈ, ਕਿਉਂਕਿ ਥਕਾਵਟ ਬਹੁਤ ਹੋਈ ਭਜਾਉਣੇ ਨੂੰ, ਛਿੱਪੀ ਥੱਕ ਚੁੱਕਾ। ਮੈਂ ਕਿਰਨ ਨੂੰ ਕਿਹਾ ਫਟਾਫਟ ਜੋ ਲੈਣਾ ਲੈ ਲਓ, ਉਹ ਪਰਾਂਜਾ ਉਸਤਾਦ ਉਸਤਾਦ ਹੈ, ਉਹ ਜੋ ਪਲੀਜ਼ ਰਿਕੁਐਸਟ ਹੈ। ਨਹੀਂ ਨਹੀਂ, ਗੌਰਮੈਂਟ ਵੀ ਪਾ ਦਿੰਦੀ ਹੈ ਨਾ ਮਿਊਨਸੀਪੈਲਿਟੀ ਇਹਨਾਂ ਦੇ ਕੰਨਾਂ ਨੂੰ। ਲਓ ਜੀ, ਥੈਂਕ ਯੂ ਮੈਮ। ਲਓ ਜੀ, ਥਕਾਵਟ ਬਹੁਤ ਸੀ ਜਿਵੇਂ ਇਹਨੂੰ, ਅਤੇ ਹੁਣ ਚੱਲਿਆ ਪਿੰਡ। ਮੈਨੂੰ ਤਾਂ ਨੀਂਦ ਆ ਰਹੀ ਹੈ ਬਹੁਤ ਜ਼ਿਆਦਾ ਥੋੜ੍ਹੀ ਵਾਲੀ, ਕਿਉਂਕਿ ਕੱਲ੍ਹ ਮੈਂ ਰਾਤ ਪਹੁੰਚਿਆ ਵਾਪਸ ਦਿੱਲੀ ਤੋਂ, ਕੱਲ੍ਹ ਮੈਂ ਦਿੱਲੀ ਗਿਆ ਹੋਇਆ ਸੀ, ਕੰਮ ਸੀ ਮੈਨੂੰ, ਕਿਉਂਕਿ ਦਿੱਲੀ ਤੋਂ ਆਇਆ ਰਾਤ ਲੇਟ, ਸਵੇਰੇ ਉੱਠਦੇ ਫਿਰ ਕੰਮ ਸ਼ੁਰੂ ਹੋ, ਤਾਂ ਸੁੱਤਾ ਵੀ ਰਾਤੀ 1 ਵਜੇ ਆ, ਪਹਿਲਾਂ ਰਾਤੀ ਆਇਆ ਲੇਟ ਦਿੱਲੀ ਤੋਂ, ਫਿਰ 1 ਵਜੇ ਰਾਤ ਸੁੱਤਾ, ਸਵੇਰੇ ਫਿਰ ਜਲਦੀ ਉੱਠ ਖੜਿਆ, ਫਿਰ ਅੱਜ ਫਿਰ ਬਹੁਤ ਕੰਮ ਸੀ। ਕੱਲ ਜਾਣਾ ਵੀ ਜ਼ਰੂਰੀ ਸੀ ਤੁਹਾਨੂੰ, ਕਿਉਂਕਿ ਕੁਝ ਕੇਸਿਸ ਵਗੈਰਾ ਸੀ, ਉਹ ਸਬਮਿਸ਼ਨਾਂ ਤੇ ਸੀ, ਕਈ ਇਦਾਂ ਦੇ ਵੀਰ ਭੈਣ ਹੁੰਦੇ ਨੇ ਜਿਹਨਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ, ਨਾਲ ਉਹਨਾਂ ਦੇ ਜਾਣਾ ਪਿਆ ਮੈਨੂੰ, ਹੋਰ ਵੀ ਬੜੇ ਕੰਮ ਸੀ। ਚਲੋ ਮਿਲਦੇ ਆ ਪਿੰਡ ਪਹੁੰਚ ਕੇ। ਆ ਦੇਖੋ ਜੀ, ਵਾਹ ਜੀ, ਇਹ ਲੇਡੀਜ਼ ਦੋਨੋਂ ਬਰਥਡੇ ਗਰਲਸ, ਬਰਥਡੇ ਲੇਡੀਜ਼। ਇਹ ਕਹਿੰਦੇ ਵੀ ਸਾਡਾ ਨਾਮ ਕਿਉਂ ਨਹੀਂ ਲਿਖਾਇਆ ਉੱਪਰ, ਉੱਪਰ ਵੀ ਮੈਂ ਲੇਡੀਜ਼ ਲਿਖਾ ਤਾ, ਲੇਡੀਜ਼। ਲਓ ਜੀ, ਹੈਪੀ ਵਾਲਾ ਬਰਥਡੇ ਆ ਜੀ। ਕੌਣ ਗਿਆ ਬਾਹਰ? ਕਾਰਡ ਡਾਲੋ, ਕਾਰਡ ਡਾਲੋ, ਤਾਲੀਆਂ। ਚਲੋ ਕਾਟੋ ਕਾਟੋ ਕਾਟੋ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ।
ਇਹਨੂੰ ਖਿੱਚ ਲੈਣ ਦੋ ਬੋਲ ਚੀਜ਼ ਕਰ ਉਹਨਾਂ ਨੂੰ ਕਹਿ ਕਹਿ ਤਾਂ ਦੇ ਯਾਰ ਖਿੱਚ ਦੀ ਅੱਧੇ ਅੱਧੇ ਦੀ ਫੋਟੋ ਲੈ ਲਈਏ ਭਾਜੀ ਐਂ ਨਾ ਕਰੋ ਖਵਾਓ ਦੀਦੀ ਸਾਡੀ ਨਾ 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 ਸਾਡੀ ਭੈਣ ਨੂੰ ਕੇਕ ਖਵਾਓ ਇਹ ਕੋਈ ਗੱਲ ਥੋੜੀ ਬਣੀ ਦੇਖੋ ਸਾਡੀ ਭੈਣ ਦੀ ਕਦਰ ਕਰਿਆ ਕਰੋ ਤੁਸੀਂ ਬੱਲੇ ਦੀਦੀ ਹਾਂ ਹਾਂ ਦੀਦੀ ਭਾਜੀ ਨੇ ਗਿਫਟ ਦਿੱਤਾ ਫਿਰ ਔਰ ਵੀਰੇ ਨੇ ਭਾਬੀ ਨੂੰ ਕੀ ਗਿਫਟ ਦਿੱਤਾ ਵਿਲੇਜ ਕੈਫੇ ਜੋ ਕਿ ਭਾਬੀ ਦੇ ਨਾਮ ਤੇ ਵਾਹ ਜੀ ਵਾਹ ਬਸ ਹੁਣ ਕੱਲ ਦਿਖਾਵਾਂਗੇ ਸਾਰਿਆਂ ਨੂੰ ਸਹੀ ਗੱਲ ਹੈ ਗੁੱਡ ਮਾਰਨਿੰਗ ਮੈਡਮ ਨੀਂਦ ਬੜੀ ਔਖੀ ਆਈ ਰਾਤ ਯਾਰ ਤੁਹਾਨੂੰ ਆਈ ਨੀ ਮੈਂ ਤਾਂ ਲੇਟ ਮੈਂ ਥੋੜ੍ਹਾ ਲੇਟ ਸੁੱਤਾ ਨਾ ਰਾਤ ਮੈਂ ਦੋਸਤੋ ਆਪਣੇ ਵੱਲ ਕੈਮਰਾ ਨਹੀਂ ਘੁਮਾ ਸਕਦਾ ਕਿਉਂਕਿ ਮੈਂ ਸਿਰ ਦੇ ਉੱਪਰ ਪਰਦਾ ਨਹੀਂ ਬੰਨਿਆ ਹੋਇਆ ਸਹੀ ਗੱਲ ਲਓ ਜੀ ਦੋਸਤੋ ਤਿਆਰ ਹੋ ਗਏ ਹੁਣ ਆਪਾਂ ਚੱਲੇ ਹਾਂ ਸ਼ੋਪ 'ਤੇ ਜਿਹੜੇ ਕੈਫੇ ਦੇ ਉੱਪਰ ਥੋੜ੍ਹੀ ਬਹੁਤੀ ਸੈਟਿੰਗ ਕਰਾਉਣੀ ਹੈ ਕਿਉਂਕਿ ਕੈਫੇ ਦੇ ਵਿੱਚ ਸਾਡੇ ਬੇਸਿਕਲੀ ਸ਼ੇਕਸ ਬਰਗਰਸ ਰੋਲਸ ਫਰੂਟ ਜੂਸ ਆਹ ਚੀਜ਼ਾਂ ਹੋਣਗੀਆਂ ਅਤੇ ਫਿਲਹਾਲ ਇਸੀ ਦੇ ਨਾਲ ਜਿਹੜੀ ਆਹ ਇਨਵੈਂਟਰੀ ਆ ਆਹ ਮੈਨਿਊ ਦੇ ਨਾਲ ਸ਼ੁਰੂ ਕਰਨ ਲੱਗੇ ਹਾਂ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਨੂੰ ਵਧਾਵਾਂਗੇ ਜਿਹੜੇ ਬਰਗਰਸ ਨੇ ਉਹ ਮੇਬੀ ਤੁਸੀਂ ਮੇਰੇ ਪੁਰਾਣੇ ਵਲੋਗਸ ਵਿੱਚ ਦੇਖਿਆ ਹੋਏਗਾ ਕਿ ਜੇ ਉਹਨਾਂ ਨੂੰ ਬਰਗਰ ਬਹੁਤ ਅੱਛੇ ਬਣਾਉਣੇ ਆਉਂਦੇ ਨੇ ਸੋ ਬਰਗਰ ਦਾ ਆਈਡੀਆ ਮੈਂ ਇਹ ਵੀਰੇ ਨੇ ਦਿੱਤਾ ਸੀ ਵੀ ਆਪਾਂ ਬਰਗਰ ਵੀ ਸ਼ੁਰੂ ਕਰਾਂਗੇ ਅਤੇ ਬਰਗਰਸ ਐਂਡ ਰੋਲਸ ਸੋ ਇੱਕ ਦੋ ਦਿਨ ਮੈਂ ਕੁੱਕ ਬਣਾਂਗਾ ਵੀਰੇ ਨੂੰ ਟ੍ਰੇਨ ਕਰਾਂਗਾ ਬਰਗਰਸ ਲਈ ਹੋਪ ਤੁਸੀਂ ਇੰਜੋਏ ਕਰੋਗੇ ਦੇਖ ਕੇ ਜੋੜੇ ਨੂੰ ਕੁਕਿੰਗ ਕਰਦਾ ਹੋਇਆ ਹੁਣ ਮੈਂ ਸ਼ੋਪ 'ਤੇ ਚੱਲਾਂ ਜਿਹੜਾ ਥੋੜ੍ਹਾ ਬਹੁਤ ਸਮਾਨ ਘਰ ਪਿਆ ਉਹ ਲੈ ਕੇ ਜਾਣਾ ਫਿਰ ਦੀਦੀ ਹੁਣੇ ਸਾਰੇ ਕਿਰਨ ਭਾਬੀ ਹੁਣੇ ਸਾਰੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਠੀਕ ਹੈ ਉਸ ਤੋਂ ਬਾਅਦ ਸੈਟਿੰਗ ਕਰਨੀ ਹੈ ਥੋੜ੍ਹੀ ਬਹੁਤ ਖਿਲਾਰਾ ਜਿਹਾ ਮਚਿਆ ਹੋਇਆ ਔਰਗਨਾਈਜ਼ ਨਹੀਂ ਕੀਤਾ ਹੋਇਆ ਉਹ ਜਾ ਕੇ ਮੈਂ ਥੋੜ੍ਹਾ ਜਿਹਾ ਸੈਟਿੰਗ ਕਰ ਲਵਾਂ ਅਤੇ ਬਸ ਐਵਰੀਥਿੰਗ ਡਨ ਛੋਟਾ ਸਾਡਾ ਕੈਫੇ ਅਤੇ ਉਮੀਦ ਕਰਦਾ ਤੁਹਾਨੂੰ ਬਹੁਤ ਵਧੀਆ ਲੱਗੇਗਾ ਹੁਣ ਮੈਂ ਗੱਡੀ ਮੋੜਦਾ ਇਹ ਗੱਡੀ ਅੱਗੇ ਕਰਦਾ ਤਾਂ ਕਿ ਉਹ ਗੱਡੀ ਮੋੜੇਗੀ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੁਹਾਨੂੰ ਮਿਲਾਂਗਾ ਆਪਾਂ ਵੀ ਛੋਟਾ ਜਿਹਾ ਵਲੋਗ ਹੈ ਪਰ ਇਨਫੋਰਮੇਸ਼ਨ ਤੁਹਾਨੂੰ ਮਿਲ ਗਈ ਹੈ ਬਾਕੀ ਹੁਣ ਆਪਾਂ ਵਲੋਗ ਤੁਹਾਨੂੰ ਕੱਲ੍ਹ ਦੇ ਵਿੱਚ ਸਾਰੀ ਵੀਡੀਓ ਦਿਖਾਵਾਂਗੇ ਦਿਓ ਸਾਨੂੰ ਇਜਾਜ਼ਤ ਬਾਏ ਬਾਏ